ਤੁਸੀਂ ਤੇ ਭਿੰਡੀਆਂ ਨੂੰ ਪਾਣੀ ਲਾਤਾ ਮੈਂ ਤੇ ਭਿੰਡੀਆਂ ਤੋੜਨੀਆਂ ਸੀ ਤਾਂ ਹੁਣ ਤੋੜ ਲਾ ਪਾਣੀ ਲੱਗ ਗਿਆ ਤੇ ਕਿਹੜਾ ਭਿੰਡੀਆਂ ਦੰਦੀਆਂ ਵੱਢਣ ਦਾ ਬਣਾ ਗਾੜੀਆਂ ਹੁਣ ਕਿਹੜੀਆਂ ਟੁੱਟਣ ਜਾਣੀਆਂ ਕਮ ਸੇ ਕਮ ਇੱਕ ਵਾਰੀ ਮੈਨੂੰ ਪੁੱਛ ਤੇ ਲੈਂਦੇ ਪਾਣੀ ਲਾਉਣ ਤੋਂ ਪਹਿਲਾਂ ਓਏ ਹੋਏ 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 ਤੂੰ ਮੇਰੇ ਤੇ ਮੈਡਮ ਲੱਗੀ ਆ ਨਾ ਕਿਤੇ ਨੂੰ ਪੁੱਛ ਪੁੱਛ ਕੇ ਕੰਮ ਕਰਿਆ ਕਰਾਂ ਮੈਡਮ ਜੀ ਪਾਣੀ ਲਾ ਲਈਏ ਕਿ ਨਾ ਲਾਈਏ ਮੈਡਮ ਮੁੜ ਮੰਦੀ ਨਹੀਂ ਗੱਲ ਆ ਗਈ ਹੁਣ ਇਦਾਂ ਕਰੋ ਵਿੱਚ ਵੜੋ ਤੇ ਭਿੰਡੀਆਂ ਤੋੜ ਕੇ ਲਿਆ ਦਿਓ ਮੈਨੂੰ ਬੰਦੇ ਵਾਂਗੂ ਵਿੱਚ ਵੜ ਤੇ ਭਿੰਡੀਆਂ ਤੋੜ ਲਾ ਗਾੜੀ ਦਰਿਆ ਨਹੀਂ ਆ ਕਿ ਤੂੰ ਡੁੱਬ ਚੱਲੀ ਆ ਵਿੱਚ ਆਹੋ ਤੁਸੀਂ ਤੇ ਕਹਿੰਦੇ ਕਿਹੜਾ ਵੇਲਾ ਇਹ ਡੁੱਬੇ ਤੇ ਮੇਰੇ ਗਲੋਂ ਲੱਥੇ ਮੈਂ ਨਹੀਂ ਗਲੋਂ ਲੱਥਦੀ ਤੁਹਾਡੇ ਹੋਂ ਮੈਂ ਵੀ ਨਹੀਂ ਚਾਹੁੰਦਾ ਕਿ ਤੂੰ ਡੁੱਬੇ ਕਿਉਂ ਉਹ ਦੱਸ ਮੈਂ ਜੇ ਤੂੰ ਡੁੱਬ ਗਈ ਤੇ ਮੈਂ ਕਿਹਦੇ ਨਾਲ ਲੜਨਾ ਮਗਰੋਂ ਹੈ ਵਾਵਾ ਜੀ ਲੱਗਾ ਰਹਿੰਦਾ ਵਾ ਜੀ ਜੂ ਬਾਅਦ ਚ ਲਾ ਲਿਓ ਤੋੜੋ ਭਿੰਡੀਆਂ ਜਾਓ ਉਹ ਤੋੜ ਲਾ ਤੋੜ ਲਾ ਉਹ ਮੇਰੀਆਂ ਅੱਡੀਆਂ ਸਾਰੀਆਂ ਖਰਾਬ ਹੋ ਜਾਣੀਆਂ ਮੈਂ ਕਿਤੇ ਕੂਚ ਕੂਚ ਕੇ ਰੱਖਦੀ ਹਾਂ ਹਰ ਵੇਲੇ ਵੇਖੀ ਕਿਤੇ ਅੱਡੀਆਂ ਦੀ ਮਸ਼ਹੂਰੀ ਤੇ ਨਹੀਂ ਦਿੰਦੀ ਜਿਹੜੀ ਬੰਦ ਹੋ ਜਾਣੀ ਆ ਬਾਅਦ ਚ ਧੁੱਪ ਜਾਣਗੀਆਂ ਕੋਈ ਗੱਲ ਨਹੀਂ ਮੈਂ ਧਵਾ ਦੂੰਗਾ ਨਾਲ ਗਰਮ ਪਾਣੀ ਕਰਕੇ ਚੱਲ ਗਾ ਤੋੜ ਲਾ ਹੁਣ ਐਦਾਂ ਨਾ ਕਰੀ ਜਾ ਟਾਈਮ ਤਾਂ ਕੋਈ ਗੱਲ ਨਹੀਂ ਮੈਂ ਕੱਲ ਨੂੰ ਤੋੜ ਦੂੰਗੀ ਜਿਹੜੇ ਪਾਣੀ ਸੁੱਕ ਜੂਗਾ ਓਏ ਆ ਜਾ ਤੜਵਾ ਦਿੰਨਾ ਵਾ ਨਾਲ ਬਾਨੇ ਬਣਾਉਂਦੀ ਆ ਕਿ ਮੇਰੇ ਨਾਲ ਤੜਵਾਵੇ ਸਿੱਧਾ ਕਹਦੇ ਹਾਂ ਮੂੰਹੋਂ ਐਦਾਂ ਹੀ ਆ ਨਾ ਫਿਰ ਉਧਰੋਂ ਤੋੜ ਲਾ ਐਦਾਂ ਹੀ ਆਣਾ ਫਿਰ ਹੱਸੀ ਕੀ ਜਾਂਦੇ ਆ ਜੇ ਕੋਈ ਮਨ ਵਿੱਚ ਗੱਲ ਹੈਗੀ ਆ ਨਾ ਤੇ ਹੁਣੇ ਹੀ ਕੱਢ ਲਓ ਮਨ 'ਚ ਕੋਈ ਗੱਲ ਨਹੀਂ ਹੈਗੀ ਹਾਸਾ ਤੇ ਮੈਨੂੰ ਇਸ ਗੱਲ ਦਾ ਆਉਣ ਡਿਆ ਅੱਜ ਭਿੰਡੀਆਂ ਵਾਵਾ ਕਰਾਰੀਆਂ ਬੰਨ ਗਈਆਂ ਕਿਉਂ ਪਹਿਲਾਂ ਲੜਾਈ ਜੋ ਹੋ ਗਈ ਆ ਇੰਨੇ ਮਸਾਲੇ ਪੈ ਗਏ ਆ ਭਿੰਡੀਆਂ ਦੇ ਉੱਤੇ ਤੇ ਕਰਾਰੀਆਂ ਦਾ ਆਪੇ ਬੰਨ ਗਈਆਂ ਮਸਾਲੇ ਘੱਟ ਲਾਇਆ ਕਰੋ ਗੱਲਾਂ ਨੂੰ ਤੁਸੀਂ ਬਹੁਤੇ ਮਸਾਲੇ ਲਾਉਂਦੇ ਤੁਸੀਂ ਮੇਰੀਆਂ ਗੱਲਾਂ ਨੂੰ ਇਹਦਾ ਮਤਲਬ ਮੈਂ ਸਬਜ਼ੀ ਸਵਾਦ ਨਹੀਂ ਬਣਾਉਂਦੀ ਫਿਰ ਉਹ ਬਣਾਉਣੀ ਆ ਬਾਬਾ ਮੈਂ ਕਦੋਂ ਕਿਹਾ ਨਹੀਂ ਸਵਾਦ ਬਣਾਉਣੀ ਤੂੰ ਤਾਂ ਵੱਟ ਕੱਢ ਦਿੰਨੀ ਆ ਸਬਜ਼ੀ ਵਾਲੇ ਸੱਚੀ ਵਿਖੇ ਆਹੋ ਤੇ ਹੋਰ ਕੀ ਸਵਾਦ ਬਣਾਉਣੀ ਆ ਆਹੋ ਮੰਮੀ ਵੀ ਬੜੀ ਤਾਰੀਫ ਕਰਦੇ ਸੀ ਮੇਰੀ ਕਹਿੰਦੇ ਕਿਤੇ ਖੀਰ ਬਣਾਈ ਆ ਇੰਨਾ ਮਜ਼ਾ ਆਇਆ ਨਾ ਖਾਣ ਦਾ ਕਹਿੰਦੇ ਮੇਰਾ ਤੇ ਜੀ ਕਰਦਾ ਕਿ ਮੈਂ ਤੇਰੀਆਂ ਉਂਗਲਾਂ ਵੇਖਾ ਜਾਂ ਇੰਨੀ ਸਵਾਦ ਬਣਾਈ ਮੈਂ ਖੀਰ ਹੈ ਹਾਂ ਮੰਮੀ ਤੇ ਐ ਬੜੀ ਸਵਾਦ ਬਣੀ ਹਨਾ ਹੋਰ ਕੀ ਅੱਗੋਂ ਪਿਛੋਂ ਤਾਂ ਬਣੀ ਨਹੀਂ ਕਦੀ ਆ ਕੀ ਗੱਲ ਹੋਈ ਆ ਮੈਨੂੰ ਇਹ ਚੀਜ਼ਾਂ ਬਣਾ ਬਣਾ ਕੇ ਖਵਾ ਦਈਏ ਫਿਰ ਤੁਸੀਂ ਇਦਾਂ ਕਹਿ ਦਿੰਦੇ ਆ ਨਹੀਂ ਬਾਬਾ ਮਜ਼ਾਕ ਆਂਡਿਆ ਵਾ ਮਜ਼ਾਕ ਕਾਂਡੇ ਕਿ ਬੇਸੀ ਕਾਂਡੇ ਮੇਰੀ ਤੇ ਸਮਝ ਹੀ ਨਹੀਂ ਲੱਗ ਰਹੀ ਤੁਹਾਡੀ ਮਜ਼ਾਕ ਆਂਡਿਆ ਵਾ ਹਾਂ ਤੋੜ ਲਗਾ ਜਿਹੜੀਆਂ ਚਾਰ ਵਾਰ ਜਾ ਕੇ ਟਾਈਮ ਨਾਲ ਸਬਜ਼ੀ ਬਣਾ ਸੱਚੀ ਮਜ਼ਾਕ ਆਂਡੇ ਸੀ ਆਹੋ ਆਹੋ ਭਿੰਡੀਆਂ ਤਾਂ ਮੈਂ ਤੋੜ ਲਈਆਂ ਵਾ ਹੁਣ ਇੱਦਾਂ ਕਰਦੀ ਹਾਂ ਵਿੱਕੀ ਬੜੇ ਖੁਸ਼ ਵਾ ਅਤੇ ਹੁਣੇ ਗਰਮੇ ਦੇ ਨਾ ਜਨਮ ਦਿਨ ਦੀ ਗੱਲ ਕਰ ਲੈਂਦੀ ਹਾਂ ਕਿ ਕਿੱਥੇ ਮਨਾਈਏ ਅਤੇ ਕਿੱਥੇ ਨਾ ਮਨਾਈਏ ਮੈਂ ਕਹਿਣ ਡੀ ਸੀ ਕਿ ਭਿੰਡੀਆਂ ਦੇ ਨਾਲ ਕਿਹੜਾ ਦਹੀਂ ਬਣਾਵਾਂ ਬੂੰਦੀ ਵਾਲਾ ਕਿ ਰਾਤੇ ਵਾਲਾ ਬੂੰਦੀ ਵਾਲਾ ਹੀ ਬਣਾ ਲਾ ਅੱਛਾ ਅੱਛਾ ਅਤੇ ਮੈਂ ਕਹਿਣ ਲੱਗੀ ਸੀ ਤੁਹਾਨੂੰ ਕਿ ਗੁਰਮੇ ਦਾ ਵੱਡੇ ਆਉਣ ਵਾਲਾ ਵਾ ਅਤੇ ਮੈਂ ਸੋਚਣ ਡੀ ਸੀ ਕਿਉਂ ਨਾ ਆਪਾਂ ਰੈਸਟੋਰੈਂਟ 'ਚ ਹੀ ਬਣਾ ਲਈ ਯਾਰ ਕੀ ਰੈਸਟੋਰੈਂਟ ਦੇ ਵਿੱਚ ਕਿਉਂ ਬਣਾਉਣਾ ਮੈਂ ਦੱਸ ਪ੍ਰੀਤ ਤੂੰ ਹੱਦ ਕਰਦੀ ਆ ਇੰਨਾ ਤਕੜਾ ਆਪਾਂ ਘਰ ਬਣਾਉਣ ਦੇ ਗਾੜੀ ਵੇਖ ਕਿੰਨਾ ਆਪਾਂ ਖੁੱਲਾ ਵਿਹੜਾ ਛੱਡਿਆ ਵਾ ਅਜੇ ਵੀ ਰੈਸਟੋਰੈਂਟਾਂ ਨੂੰ ਪੈਸੇ ਫੂਕਣੇ ਆ ਉਹ ਨਹੀਂ ਨਹੀਂ ਮੰਮੀ ਉਹਨਾਂ ਨੇ ਆਉਣਾ ਵਾ ਵਾਹਵਾ ਖਰਚਾ ਕਰਕੇ ਆਉਣਾ ਤਾਂ ਕਰਕੇ ਮੈਂ ਕਹਿਣ ਡੀ ਸੀ ਕਿ ਵਾਹਵਾ ਚੰਗੇ ਜੇ ਲੱਗਾਂਗੇ ਆਪਾਂ ਵੀ ਖਰਚਾ ਕਰਕੇ ਆਉਣਾ ਤੇ ਦੱਸ ਇੱਥੇ ਨਹੀਂ ਆ ਸਕਦੇ ਮੰਮੀ ਹੁਣਾਂ ਨੇ ਕਿਹੜਾ ਰਾਣੀ ਹਾਰ ਬਣਾ ਕੇ ਲੈ ਆਉਣਾ ਵਾ ਕਿ ਜਿਹੜਾ ਇੱਥੇ ਨਹੀਂ ਪੈਂਦਾ ਰੈਸਟੋਰੈਂਟ ਦੇ ਵਿੱਚ ਪੈਂਦਾ ਵਾ ਤੇ ਕੀ ਪਤਾ ਰਾਣੀ ਹਾਰ ਬਣਾ ਕੇ ਲੈ ਆਉਣ ਕੋਈ ਗੱਲ ਨਹੀਂ ਲੈ ਆਉਣਗੇ ਨਾ ਤਾਂ ਇੱਥੇ ਵੀ ਪੈ ਜਾਣਾ ਆ ਉਹ ਇੱਥੇ ਵੀ ਉਦਾਂ ਹੀ ਸੋਹਣਾ ਲੱਗਣਾ ਜਿੰਨਾ ਰੈਸਟੋਰੈਂਟ ਦੇ ਵਿੱਚ ਲੱਗਣਾ ਵਾ ਉਹ ਚੱਲ ਵਧੀਆ ਜਿਹਾ ਲੱਗਦਾ ਵਾ ਅਗਲੇ ਨੂੰ ਵੀ ਲੱਗਦਾ ਕਿ ਵਾਕਈ ਸਾਡੀ ਆਓ ਭਗਤ ਕੀਤੀ ਆ ਚੱਜ ਨਾਲ ਇੱਥੇ ਵੀ ਆਓ ਭਗਤ ਓਨੀ ਹੋਣੀ ਆ ਜਿੰਨੀ ਰੈਸਟੋਰੈਂਟ 'ਚ ਹੋਣੀ ਆ ਐਵੇਂ ਗੱਲਾਂ ਨਾ ਬਣਾ ਠੀਕ ਆ ਨਾ ਜਿੰਨੇ ਪੈਸੇ ਉੱਥੇ ਫੂਕਣੇ ਆ ਨਾ ਉਹਦੇ ਨਾਲ ਵੱਧ ਮੈਂ ਇੱਥੇ ਡੈਕੋਰੇਸ਼ਨ ਕਰ ਦੇਣੀ ਆ ਵੇਖੀ ਕਿੰਨਾ ਟੋਰ ਨਿਕਲਦਾ ਤੇ ਅਜੇ ਕਿਹੜੀ ਬਣ ਗਈ ਆ ਪੂਰੀ ਕੋਟੀ ਨਹੀਂ ਬਣ ਗਈ ਤਾਂ ਕੋਈ ਗੱਲ ਨਹੀਂ ਟੋਰ ਆਪਾਂ ਫੇਰ ਵੀ ਕੱਢ ਲੈਣਾ ਆ ਇਦਾਂ ਦੇ ਕੰਮ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੇ ਪਹਿਲਾਂ ਕਹਿੰਨੀ ਸੀ ਖੁੱਲਾ ਵਿਹੜਾ ਛੱਡੋ ਖੁੱਲਾ ਵਿਹੜਾ ਛੱਡੋ ਘਰ ਪ੍ਰੋਗਰਾਮ ਕਰਿਆ ਕਰਾਂਗੇ ਜੇ ਹੁਣ ਪ੍ਰੋਗਰਾਮ ਆਉਣ ਡਿਆ ਵਾ ਹੁਣ ਰੈਸਟੋਰੈਂਟ 'ਚ ਚੱਲ ਜਾਓ ਇੱਕ ਚੀਜ਼ ਨਾ ਤੁਸੀਂ ਮੇਰੀਆਂ ਗੱਲਾਂ ਦਾ ਗੁੱਸਾ ਬੜਾ ਕਰਦੇ ਆ ਮੈਂ ਤੇ ਤੁਹਾਨੂੰ ਤਾਂ ਕਹਿਣ ਡੀ ਸੀ ਸਾਡੇ ਉੱਧਰ ਰਿਵਾਜ ਬੜਾ ਇਦਾਂ ਦਾ ਤੇ ਨਾਲੇ ਮੈਂ ਤੇ ਤੁਹਾਡੀ ਟੋਰ ਬਣਾ ਬਣਾ ਖਾਵ ਚੱਲੀ ਆ ਕੋਈ ਲੋੜ ਨਹੀਂ ਹੈਗੀ ਮੈਨੂੰ ਇਹੋ ਜਿਹੀਆਂ ਫੋਕੀਆਂ ਟੋਰਾਂ ਬਣਾਉਣ ਦੀ ਠੀਕ ਆ ਨਾ ਬੰਦੇ ਨੂੰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਇਹੋ ਜਿਹੀਆਂ ਫੋਕੀਆਂ ਟੋਰਾਂ ਦੇ ਵਿੱਚ ਕੀ ਰੱਖਿਆ ਆ ਫਿਰ ਕੀ ਆ ਇੱਕ ਦਿਨ ਦੀ ਤੇ ਗੱਲ ਆ ਵੇਖੋ ਕਿੰਨੀ ਬੱਲੇ ਬੱਲੇ ਹੋਣੀ ਤੁਹਾਡੀ ਰਹਿਣ ਦੇ ਮੇਰੀ ਬਥੇਰੀ ਆ ਬੱਲੇ ਬੱਲੇ ਇੱਥੇ ਠੀਕ ਆ ਨਾ ਤੇਰੇ ਪੇਕਿਆਂ ਵਾਲੀ ਸਾਈਡ ਉਹਨਾਂ ਨੂੰ ਲੋੜ ਆ ਬੱਲੇ ਬੱਲੇ ਕਰਾਉਣ ਦੀ ਵਾਧੂ ਦਾ ਸੋਫ ਕਰਦੇ ਰਹਿੰਦੇ ਆ ਪੱਲੇ ਭਾਵੇਂ ਕੱਖ ਹੋਵੇ ਨਾ ਹੋਵੇ ਬਸ ਇਹ ਚਾਹੁੰਦੇ ਆ ਸਾਡੀਆਂ ਲੋਕ ਤਾਰੀਫਾਂ ਕਰਦੇ ਰਹਿਣ ਮਾੜਾ ਜਿਹਾ ਪੰਪ ਚੜਾਓ ਤੇ ਐਂ ਫੁੱਲ ਜਾਂਦੇ ਆ ਗੁਬਾਰੇ ਵਾਂਗੂ ਤੁਹਾਨੂੰ ਨਾ ਮੌਕਾ ਹੀ ਚਾਹੀਦਾ ਵਾ ਉਹਨਾਂ ਨੂੰ ਲਾ ਲਾ ਕੇ ਗੱਲਾਂ ਕਰਨ ਦਾ ਮੈਂ ਤਾਂ ਤੁਹਾਡੀ ਟੋਰ ਬਣਾ ਬਣਾ ਖਪ ਚੱਲੀ ਹਾਂ ਪਰ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਕਰ ਖਪ ਚੱਲੇ ਜੇ ਉਹ ਤੂੰ ਰਹਿਣ ਦੇ ਮੇਰੀ ਟੋਰ ਨਾ ਬਣਾ ਤੇ ਨਾ ਹੀ ਮੈਨੂੰ ਇਦਾਂ ਦੀ ਫੋਕੀ ਟੋਰ ਦੀ ਲੋੜ ਆ
टोर बनाउंदा वाहेगुरु, जिन्ना चिर ओह ना चाहे उन्ना चिर बंदे दी टोर नहीं बनती। आ बहुते पैसे खर्चिया बहुते सौ हो गए तो टोरां नहीं निकलदियां होंदियां, मैं तैनूं एक गल दसां, जलूस निकलदा होंदा जलूस। जदों मैं कोई सच्ची गल सुनावां फिर भज पैंदी आ इत्थों। ਕਿਹਦਾ ਫੋਨ ਆ ਗਿਆ? ਭਾਬੀ ਦਾ ਫੋਨ। ਹੈਲੋ, ਸਤਿ ਸ਼੍ਰੀ ਅਕਾਲ ਭਾਬੀ ਜੀ। ਹਾਂਜੀ ਹਾਂਜੀ, ਠੀਕ ਠਾਕ ਵਧੀਆ। ਹੈ ਸੱਚੀ? ਲੈ ਆ ਜਾਓ ਫਿਰ, ਮੈਂ ਅੱਜ ਤੁਹਾਨੂੰ ਰਾਤ ਰੱਖਣਾ ਆ, ਠੀਕ ਆ, ਜਾਣ ਨਹੀਂ ਦੇਣਾ। ਚਲੋ ਆ ਜਾਓ। ਚੰਗਾ ਚੰਗਾ, ਓਕੇ। ਮੈਂ ਤਾਂ ਖਲਾਰਾ ਹੀ ਬੜਾ ਪਾਇਆ ਵਾ, ਹੁਣ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਿੱਦਾਂ ਸਫਾਈ ਕਰੂੰਗੀ ਇੰਨੀ। ਇੱਦਾਂ ਕਰਦੀ ਹਾਂ, ਕਵਲ ਨੂੰ ਕਹਿੰਦੀ ਹਾਂ ਨਾਲ ਥੋੜ੍ਹੀ ਜਿਹੀ ਹੈਲਪ ਕਰਾ ਦਿਓ। ਲਾਗੇ ਵੀ ਸੱਸ ਪ੍ਰਧਾਨ ਬੈਠੀ ਆ, ਫਿਰ ਕੀ ਆ, ਮਾਰ ਲੈਂਦੀ ਹਾਂ ਆਵਾਜ਼, ਕੰਮ ਇੱਥੇ ਦੱਸ ਦਿੰਦੀ ਉਹਦੇ ਅੰਦਰ ਹੀ ਆ। ਕਵਲ ਕਵਲ, ਮੰਮੀ ਆਉਣ ਲੱਗਾ ਜਿੱਦਾਂ ਸੰਦੀਪ ਨੇ ਆਵਾਜ਼ ਮਾਰੀ ਹੁੰਦੀ? ਨਹੀਂ, ਆਵਾਜ਼ ਨਹੀਂ ਮਾਰੀ ਹੈਗੀ, ਉਹ ਤਾਂ ਆਪਣਾ ਕੰਮ ਕਰਨ ਡਈ। ਨਹੀਂ ਮੰਮੀ ਮਾਰੀ ਆਵਾਜ਼, ਇੱਕ ਮਿੰਟ ਮੈਂ ਸੁਣ ਕੇ ਆਉਂਦਾ। ਵੇਖਾਂ ਇੱਕ ਆਵਾਜ਼ ਮਾਰੀ ਤਾਂ ਕਿੱਡੀ ਛੇਤੀ ਭੱਜਾ ਗਿਆ ਆ, ਇਹਨੂੰ ਤਾਂ ਉੱਦਾਂ ਨਹੀਂ ਚੰਗਾ ਲੱਗਦਾ ਅਸੀਂ ਦੋਵੇਂ ਮਾਂ ਪੁੱਤ ਬੈਠੇ ਹੋਈਏ ਤੇ, ਉਹ ਵੀ ਇੱਕ ਆਵਾਜ਼ ਮਾਰਿਆ ਭੱਜਾ ਗਿਆ ਆ। ਮੈਨੂੰ ਲੱਗਦਾ ਇਹ ਨਾ ਆਪਣੇ ਹੱਥਾਂ 'ਚ ਕਰਨ ਡਈ ਆ ਇਹਨੂੰ, ਵੀ ਇਹਦੇ ਲਾਗੇ ਬਵੇ ਨਾ ਮਾਂ ਪੁੱਤ, ਤਾਂ ਕਿਤੇ ਬੈਠੇ ਜਰਦੀ ਨਹੀਂ ਹੈਗੀ। ਹਾਂ ਸੰਦੀਪ, ਵੱਜਣ ਨਹੀਂ ਮਾਰਨ, ਉਹ ਨਾ ਵੀਰ ਭਾਬੀ ਲੱਗੇ ਆਉਣ ਅਤੇ ਖਲਾਰਾ ਬੜਾ ਜ਼ਿਆਦਾ ਪਿਆ ਆ, ਪਰਦੇ ਲਾਉਣ ਵਾਲੇ ਆ ਅਤੇ ਆਹ ਕਵਰ ਕੁਵਰ ਪਾਉਣ ਵਾਲੇ, ਗੱਦੇ ਵੀ ਅੰਦਰ ਲਿਆ ਕੇ ਡਾਉਣ ਵਾਲੇ ਆ, ਅਤੇ ਤੁਸੀਂ ਮੇਰੇ ਨਾਲ ਥੋੜ੍ਹੀ ਜਿਹੀ ਹੈਲਪ ਕਰਾ ਦਿਉ। ਹਾਂ ਮੈਂ ਘੜੀ ਉਹਨਾਂ ਦੇ ਲਾਗੇ ਬਹਿ ਖਲੋ ਲਊਂਗੀ। ਚੱਲ ਕਰਵਾ ਦੇਣਾ, ਦੱਸ ਕੀ ਕਰਾਂ ਪਹਿਲਾਂ? ਪਰਦੇ ਲਵਾ ਦਿਉ। ਪਰ ਤੈਨੂੰ ਨਾਲ ਲੱਗਣਾ ਪੈਣਾ ਨਾ ਮੇਰੇ। ਚਲੋ ਫਿਰ ਇੱਦਾਂ ਕਰੋ, ਪਹਿਲਾਂ ਆਹ ਕਵਰ ਪਵਾ ਦਿਉ ਨਾਲ ਥੋੜ੍ਹੇ। ਹਾਂ ਕੁੜੇ, ਹੁਣ ਬੁੱਢੀਆਂ ਵਾਲੇ ਕੰਮ ਕਰਾਇਆ ਕਰੇਗਾ, ਕਿੱਥੇ ਗਲਾਸ ਪਾਣੀ ਦਾ ਲੈ ਕੇ ਨਹੀਂ ਪੀਂਦਾ ਹੁੰਦਾ, ਕਿੱਥੇ ਹੁਣ ਉਹਦੇ ਅੱਗੇ ਪਿੱਛੇ ਫਿਰਨ ਡਿਆ ਵਾ। ਮੈਨੂੰ ਤਾਂ ਪਹਿਲਾਂ ਹੀ ਲੱਗਣ ਡਿਆ ਸੀ ਵੀ ਇਹਨੇ ਆਪਣੇ ਵੱਸ 'ਚ ਕਰ ਲਿਆ, ਉਹੋ ਹੀ ਗੱਲ ਹੋ ਗਈ ਆ। ਸੰਦੀਪ ਲੱਗਦਾ ਮੰਮੀ ਨੂੰ ਪਤਾ ਨਹੀਂ ਲੱਗਾ, ਜਾਂ ਉਹਨਾਂ ਨੂੰ ਦੱਸ ਜਾ ਕੇ ਪ੍ਰਾਹੁਣੇ ਆਏ ਆ। ਠੀਕ ਆ, ਹੋਰ ਫਿਰ? ਆਹੋ ਮੰਮੀ ਨੂੰ ਕਿੱਥੋਂ ਖਬਰ ਹੋਣੀ ਆ ਕਿ ਆਏ ਗਏ ਦੀ ਬਾਹਰ,
एसी वाले कमरे चो बाहर निकलूगी तो पता लगेगा। महाराणी बन के सारा दिन एसी छड़ के पे रहना हुंदा। मम्मी जी बाहर तो प्रवणे आए आ, तो आ जाओ। कौन आया? वो मेरे वीर जी तो भाभी जी आए आ। इन्हां नूं कितें गर्मी च भी नहीं चैन हैगा, बंदा गर्मी च अपने घर बैठा रहिंदा वा, साडा तो कितें निकलन नूं नहीं जी करदा इन्नी गर्मी दे विच। आधी हो गई है। लै जी तां आई आ, कितें महा राह आया वा, शुक्रिया कितें महा राह आया तुहानूं। सति श्री अकाल जी। सति श्री अकाल। होर सुणाओ की हाल चाल आ? ठीक ठाक, तुसीं अपनी सुणाओ? साडा भी ठीक ठाक आ। वधिया। होर इन्ने चिरा बाद केड़ा? बस इदा ही कमां कारां च नहीं निकलिया जांदा। कितें मर जाया करो, कितें दूर दी रिश्तेदारी नहीं हैगी? ना ना मासी जी, दूर दी रिश्तेदारी कातों आंदे हो, इह तां साडी अपनी धी दा घर आ, अहीं भाएं देण आईए भाएं रात आईए, बस इदा ही आ कमां कारां च नहीं निकलिया जांदा। इन्हां नूं कम ही इधर, ते इह आंदे कि चल नाल ही चल, ते संदीप को हो ही आउंदे आ, ते बाकी उहदा फोन ते रोज़ गल हो ही जांदी आ, अज कल इक इक वारी दो दो वारी फोन कर लईदा है। मैं अगे एक दिन तुहानूं याद करन डई हां, कवल नाल गल्लां करन डई हां, भी संदीप दे भरा पर जाइए कभी आए ही नहीं गए है, चिरा चिरा बाद फेरा मारदे है। चलो चाहिए वो बंदे ने महीने दस दिन फेरा मार जाना। चलो चंगा जे चिरा बाद फेरा मारीए तो कदर ज्यादा होंगी है। वो तो गल हैगी है भी, चलो कोई गल नहीं, इन्ने चिर बाद दस भी दिन बंदा फेरा मार जाता, कड़ा दूर जे। आहा गल नहीं है मम्मी जी, असली गल तू मैं दसदा वा, दिहाड़ी दो दो तीन तीन बारी तो संदीप गल कर लेंगे, तो इन्हों याद कितने आनी आ? हुण संदीप नूं मिलण नूं जी कीता ते उहनूं मिलण आ गए, सानूं कित्थे मिलण आउंदे आए? नहीं नहीं भाजी, हैदां दी गल तुसीं क्यों करदे जे, भैण बाद च, पहलां तुसीं जे, असीं सारिआं नूं मिलण आए आ, नाले दिलां च प्यार होणा चाहीदा वा, आउण जाण दी कोई गल नहीं हुंदी। ते रही गल फोन दी, इह आपो च फोन ते लग्गियां रहिंदियां, बंदिआं नूं कौण पुछदा ई। भाजी आ जाओ, हुण करदे आ एसी वाले कमरे च जा के बहिंदे आ, इत्थे क्यों ही गर्मी दे च बैठे आ, आ जाओ। चलो संदीप लिया फिर चाह बना के। संदीप आ कूलर नवा लिया? हाँ जी। अच्छा अज ही लिया है? तो तहू की लौड़ा लिया, एसी अंदर लगे है ते? नहीं भैना कुछ ना पुछ, इत्थे तो मेरी सस की प्रधानगी चलती है ज्यादा तो ज्यादा, कहती आ भी ना रात में एसी लाना वा तो ना दिन ही इन्ना चलना चाहिए आ, आप जो लाना उदो एसी छड़ के बहना आ, तो सू रात कूलर ला के तो बहर सोया करो, बत्ती बड़ी बलदी है तो बिल बड़ा आता वा। तो अपने वरी बिल नहीं बलता, तो ताडे वरी बिल ज्यादा लगता, की करिए हुण, वाह पिया जाने चाहे राह पिया जाने, कट्टनी तो पैनी है, तो कोई नहीं उदा तो नज़ारा वा, सगों बहर भी सौन का, एसी वाले कमरे च ना जाग भी नहीं होंगी बहुती, लेट तक सौना पैंदा आ। चलो है तो सही है, पर फिर भी जा रमान ना सौ जी, अंदर फिक्र फाका नहीं होंगे कोई। चलो कोई नहीं, आप इतने पैसे खर्चे आ कि अं खर्चे आ। चल कोई नहीं, सामभ संभाल कर लिया ना चीज़ा की, तो बथेरा चिर कढ़ जांदियां वा, नाल तू कड़ा घट करनी आ सफाई दे, पूरे वट कढ़ दिंदी आ। वट तो मैं आपे ही कढ़ने ही, मैं तो ठीक नहीं ही, दो दिन हो गए तो मेरे मगर ही चढ़ी ही कि तू सफाई नहीं करती, लोगों ने सारे काम कर ले आ, मैं तो ठीक नहीं, तो मैं औखी होकर उदा सफाइया कीतियाँ, इनू तो कित यह भी नहीं है दुख दर्द मासा किसी का कि जे कोई नहीं ठीक हैगा तो बहरों किसी को दिहाड़ी से काम वाली ला के दो तीन सौ रुपया दे के बंदा काम ही नाल करा ले। आहो इन्ना चल सौखा हो जाता काम करना दोवे जानिया का। अपनी धी वाल जाती है ना तो उत्थे भी खुले डी आ, जे पेके जाती है तो उत्थे भी खुले डी आ, तो मेरे हड्डा चो आँदी है भी सौ सौ रुपया भी मैं कड़ ला, मेरे यारी सारी कजूसी तो उदा पैसे खुले डाने आ, तो इन्ने खुले भी डाने ही आ, तो कम वाली रख लें नाल, तो चल बंदा साथ साथ कम कर लेंदा है। अंदर ही आना बैठे नहीं आ? नहीं नहीं उत्थे गए ने अंदर। होर मैं ना हो सुन लिया तो स्यापा पै जाए कोई नवा। नहीं नहीं अंदर ही गए उधर। की करिए हुण? चल कोई नहीं, तो हुण कुछ कर दे तो नहीं वध घाट कोई गलबात? हो ही जाती है कोई ना कोई, मैं भी गालियाँ सुना दिनी हूँ दो दिन चार। आहो फिर मैं कह तो सुना, उदों के मामा जी मैनू कह के गए आ कि घर की गल घरे ने बेड़ लई दी हुई दी आ, नाले जिन्ना चुप रही है ना अगला बंदा उन्ना ही सिर ते चढ़दा, ते जे अगले नूं सुनाईआं हुण दो चार पता हुंदा है भी इह बोलण वाली आ चुप रहण वाली नहीं आ। होर की आ, नाले इन्हां ने ते मैनू जाण बुझ के अपने अगे बोलण गजा लिया, तुहानूं ते पता ही आ जदों मैनू पता होए भी मेरी गलती है मैं ते बोलदी नहीं हुंदी,
अपनी गलती मान लैनी चुप करके, पर जिथे पता लगता कि इतने अं नहीं गलत है, फिर अं जान बुझ के गल क्यों सुनी है किसी दया। हाँ नहीं चुप रहा जाता उ जो गलती ना हो तो फिर चुप क्यों रहना भला। चलो तुम सुनाओ फिर अपने घर बार भी कोई गल हो। बस ठीक ठाक आ सारे। बच्चे जाते स्कूल? हाँ बच्चे भी जाते। अच्छा होर फिर आना नहीं पिंड? आना आ, मैं तो आप कह दी इन्हों कि आ साफ सफाई हो जाती है ना एक बारी, तो मैं छड़ आओ मैं दो दिन रह के आनी हाँ। चल आ जाओ के दो दिन छड़ के चार दिन आयो। हाँ नाले कवल भी ना आई तो वह न्याणे भी बड़ा याद कर दें आते पुई कि चिर हो गया साढ़े को आई नहीं आ। नहीं नाले सच में एक गल नोट की आ, कवल के सुभा तो बड़ा फर्क लगन डे अगे नो, बड़ा ही सोहना हस खेड के गल् कीतिया वा, नाले अगे कित साढ़े लागे बहना तो घुट्टे वट्टे च रहा हूँ ही, इदा कभी गल ही नहीं की। पता मैनू भाभी अगे नहीं चजना लागे बहते खिलाते होंगे तो गल भी नहीं खुल के करते होंगे, कई कई यार तो घरों ही निकल जाते होंगे पहला आने तो। मैनू भी हूँ लगता वा कि बड़ा ही फर्क पै गया इन्हों के सुभा दे, हूँ तो बहर भी नहीं इन्ना जाते घरों, तो उदा भी मेरे ना हैल्प करा देंगे आ, और सारी साफ सफाई मेरे नाल होके की है इन्ह ने, बड़ा ही वधिया लग्या। नहीं आ तो बड़ा ही वधिया हो गया तेरी आह गल सुन के ना, ऐ मन में शांति जी हो गई है। भरा तेरा तो अगे बड़ी टेंशन करते होंगे ही, आँदे होंगे ही कुड़ी ही गलत जगह फसाती है, चल हूँ उन्होंने भी फिक्र मुक गई, नाले बंदे का साथ होए ना होर जो मर्जी कुछ होंगे रहे, जोड़ा मर्जी कोई गल करे परवाह नहीं होंगी। नहीं तो ताडा तो ना कलेश ही नहीं मुकता हों, तो वीर तेरा मैंने हर वेले यो गल कहता रहा हूँ है कि कुड़ी बेचारी किदा दिन कटती होगी उत्थे। चलो यही शुक्र आ, चलो एक तो तेरे वल का होया कि मन में शांति जी मिली ना थोड़ी जी। नहीं चल आ भी चंगा होया, ये सुभा च फर्क पै गया, नहीं तो ये वाल वेख के लगता नहीं हूँ भी ये भी कित बदलेगा। भाभी हूँ मैं तेनों की दसा भी ये किड़े हिसाब ना बदलिया, नहीं तो काबू च तो इन्हें भी नहीं आना। चल फिर भी मैं नहीं हाँ, जो भी परमात्मा करता ना चंगे लिए करता, कभी कभी साढ़े माड़े कामों के भी नहीं साढ़े लिए चंगा ही लिखा हों, जो उदन कित वो काम ना ना हों तो इन्हें कितों बदलना ही, इनू भी टाइम ना सोझी आ गई आ। हाय हाय भाभी अं तो इतने ऐसिया गलों च रुझियाँ, वो भावें डीकते हो आईया ही नहीं चाह ला के है, मैं जानी हाँ आ जाओ तुम वाशरूम होके। कोई नहीं आ गई। मैनू तो मासा चंगे नहीं लगन डे इतने बैठे, मैं तो मना उठ के इतों जाना। वेखा किदा हिण हिण कर रही है, जदों मेरी धी आती है उदों के मत्थे तो वट ही नहीं लगते, सड़ के सवाह ही हो जाती है, हुण किदां हासे वखियां साणी निकल डए ने। इहदे भरा भरजाई जू आए आ ताइयां ते इन्नी खुश आ, जदों मेरी धी आउंदी आ उदों ते कितें खुश नहीं हुंदी, लागे नहीं कितें बहिंदी, मैं भी इहदे लागे क्यों बवां, इसे करके ते मैं उठ के आ गई हाँ, मैनूं भी इह चंगे नहीं लगदे हैगे। ਜਿਵੇਂ ਚਲੀਏ ਫਿਰ ਟਾਈਮ ਬੜਾ ਹੋ ਗਿਆ। ਕਿੱਥੇ ਹੱਦੋ ਕੀ ਆ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਜ ਮੈਂ ਤੁਹਾਨੂੰ ਰਾਤ ਰੱਖਣਾ, ਮੈਂ ਨਹੀਂ ਜਾਣ ਦੇਣਾ ਤੁਹਾਨੂੰ। ਠੀਕ ਹੈ ਸਾਡਾ ਵੀ ਨਹੀਂ ਕਰਦਾ ਜਾਣ ਨੂੰ, ਪਰ ਤੈਨੂੰ ਪਤਾ ਹੈਗਾ ਹੀ ਆ ਨਿਆਣੇ ਛੱਡ ਕੇ ਆਏ ਆ, ਮੈਂ ਤਾਂ ਪਹਿਲਾਂ ਜਾਣਾ ਹੁੰਦਾ ਵਾ, ਨਹੀਂ ਤਾਂ ਅੱਜ ਤਾਂ ਮਜ਼ਾ ਹੀ ਬੜਾ ਆਇਆ ਜਾਂਦਾ, ਸਗੋਂ ਭਾਈ ਨੇ ਕਿੰਨੀਆਂ ਗੱਲਾਂ ਮਾਰੀਆਂ ਵਾ, ਜੀ ਤਾਂ ਸਾਡਾ ਵੀ ਨਹੀਂ ਕਰਦਾ ਜਾਣ ਨੂੰ, ਪਰ ਜਾਣਾ ਤਾਂ ਪੈਣਾ ਹੀ ਆ ਹੁਣ। ਉਹ ਤਾਂ ਜੇ ਇੰਨੀਆਂ ਗੱਲਾਂ ਮਾਰੀਆਂ ਨੇ ਮੇਰੇ ਨਾਲ ਤੇ ਵੇਖ ਲਾ ਗਾ ਕਰ ਲੋਗੇ ਤਾਂ ਕੌੜਾ ਘੁੱਟ ਕੁਛ ਨਹੀਂ ਹੁੰਦਾ। ਹਾਏ ਤੇ ਨਿਆਣੇ ਘਰ ਛੱਡ ਕੇ ਆਏ ਅਸੀਂ, ਅਸੀਂ ਇਕੱਲੇ ਹੁੰਦੇ ਤੇ ਕੌੜਾ ਘੱਟ ਕਰ ਵੀ ਲੈਂਦੇ ਹੁਣ। ਕਿੰਨਾ ਮਜ਼ਾ ਆਉਂਦਾ ਸੀ ਗੱਲਾਂ ਬਾਤਾਂ ਕਰਨ ਦਾ। ਤਾਂ ਪਹਿਲਾਂ ਜਾਣਾ ਕਿਤੇ, ਫੇਰ ਆਵਾਂਗੇ, ਫੇਰ ਕਰ ਲਾਂਗੇ। ਹੁਣ ਤੁਸੀਂ ਆਇਓ ਨਾ ਤਾਂ ਅਸੀਂ ਰੱਖਾਂਗੇ ਦੋ ਦਿਨ ਰਾਤਾਂ ਤੁਹਾਨੂੰ, ਫੇਰ ਉੱਥੇ ਕੌੜਾ ਘੁੱਟ ਕਰ ਲਾਂਗੇ। ਆਹ ਵੇਖ ਲਾ ਆਪਣੀ ਚਲਾਉਂਦਾ ਹੀ ਉਹ। ਭਾਜੀ ਤੁਸੀਂ ਮੇਰੀ ਮੰਨੋ ਨਾ ਤੇ ਉੱਥੇ ਆਇਓ, ਨਾਲੇ ਤੇ ਦੋ ਦਿਨ ਰਿਹੋ, ਰਹਿੰਦੀਆਂ ਗੱਲਾਂ ਆਪਾਂ ਉੱਥੇ ਕਰਾਂਗੇ ਤੇ ਨਾਲੇ ਕਰਾਂਗੇ ਕੌੜਾ ਘੁੱਟ। ਉਹ ਤਾਂ ਸੱਚੀ ਭਾਜੀ ਅੱਜ ਤੁਹਾਡੇ ਨਾਲ ਮਿਲ ਕੇ ਇੰਨਾ ਮਜ਼ਾ ਆਇਆ ਨਾ ਵੀ ਰੂਹ ਖੁਸ਼ ਹੋ ਗਈ ਆ, ਇੰਨੀਆਂ ਗੱਲਾਂ ਕਦੀ ਖੁੱਲ੍ਹ ਕੇ ਆਪਾਂ ਕੀਤੀਆਂ ਹੀ ਨਹੀਂ ਸੀ। ਪਰ ਸੱਚ ਪੁੱਛੋ ਨਾ ਭਾਜੀ ਤੇ ਜਾਣ ਨੂੰ ਮੇਰਾ ਜੀ ਵੀ ਨਹੀਂ ਕਰਨ ਡਿਆ, ਪਰ ਕੀ ਕਰੀਏ ਮਜਬੂਰੀ ਆ ਜਾਣਾ ਪੈਣਾ। ਚਲੋ ਫਿਰ ਸਮਝਦੇ ਹਾਂ ਅਸੀਂ ਤੁਹਾਡੀ ਮਜਬੂਰੀ ਨੂੰ,
ਬਾਕੀ ਜੇ ਆ ਗੱਲ ਨਾ ਨਾ ਹੁੰਦੀ ਤੇ ਅਸੀਂ ਜਾਣ ਨਹੀਂ ਤੁਹਾਨੂੰ ਦੇਣਾ ਅੱਜ ਜਾਣ ਤੇ ਸਾਡਾ ਵੀ ਨਹੀਂ ਜੀ ਕਰਨ ਡਿਆ ਪਰ ਤੁਹਾਨੂੰ ਦੱਸਿਆ ਤੇ ਹੈ ਵਾ ਕਿ ਮਜਬੂਰੀ ਕਰਕੇ ਜਾਣਾ ਪੈਣਾ ਚਲੋ ਫਿਰ ਨਿਆਣੇ ਵਾਲ ਵੀ ਧਿਆਨ ਰੱਖਣਾ ਜ਼ਰੂਰੀ ਆ ਹਾਂ ਤੁਸੀਂ ਹੁਣ ਆਉਣਾ ਜੇ ਸਾਡੇ ਕੋਲ ਹਾਂ ਹਾਂ ਜ਼ਰੂਰ ਜ਼ਰੂਰ ਆ ਜਾਓ